ਡਾਕਟਰ ਪ੍ਰਗਟ ਸਿੰਘ ਭੁਰਜੀ ਬਹੁਤ ਉਡੀਕ ਕਰਦੇ ਹੋ ਤੁਸੀਂ ਉਹਨਾਂ ਦੀ ਔਰ ਸਾਡੀ ਬੇਨਤੀ ਨੂੰ ਰੋਜ਼ ਸਵੀਕਾਰ ਕਰਦੇ ਆ, ਕੰਮ ਤੋਂ ਬਾਅਦ ਕੰਮ ਕਰ ਰਹੇ ਇਸ ਵੇਲੇ ਵੀ ਉਹਨਾਂ ਨੂੰ ਖਾਸ ਸਾਡੇ ਤੌਰ ਲਈ ਬੈਠਣਾ ਪੈਂਦਾ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੇ ਨਾਲ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਅਤੇ ਸਾਰੇ ਦੇਖਣ ਵਾਲੇ ਸਾਧ ਸੰਗਤ ਨੂੰ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਡਾਕਟਰ ਸਾਹਿਬ ਇੱਕ ਸਵਾਲ ਸਾਡੇ ਮਨ ਦੇ ਵਿੱਚ ਆਉਂਦਾ ਧਰਮ ਅਤੇ ਵਿਗਿਆਨ ਨੂੰ ਲੈ ਕੇ, ਅਸੀਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ। ਹੁਣ ਜੇ ਬੰਦੇ ਦੀ ਲਿਖੀ ਓਨੀ ਆ ਤਾਂ ਫਿਰ ਡਰਨਾ ਕਾਹਦੇ ਲਈ ਜੀ? ਸਾਹ ਤਾਂ ਓਨਾ ਹੀ ਆਉਣੇ ਆ, ਫਿਰ ਕਰੋਨਾ ਨਾਲ ਨਹੀਂ ਤਾਂ ਐਕਸੀਡੈਂਟ ਨਹੀਂ ਤਾਂ ਬਿਮਾਰੀ ਨਾਲ ਨਹੀਂ ਤਾਂ ਬੰਦਾ ਮਰ ਜੂ, ਇਹ ਡਰ ਕਾਹਦੇ ਲਈ ਆ ਫਿਰ? ਦੇਖੋ, ਡਰ ਇਹ ਹੁੰਦਾ ਵੀ ਕਈ ਵਾਰ ਅਸੀਂ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਸਮਝਦੇ ਉਹਦੇ ਬਾਰੇ ਚਿੰਤਾ ਹੁੰਦੀ ਹੈ ਵੀ ਕੱਲ੍ਹ ਨੂੰ ਕੀ ਹੋਊਗਾ। ਔਰ ਪੂਰੀ 84 ਲੱਖ ਜੂਨ 'ਚ ਸਿਰਫ ਇਨਸਾਨ ਹੀ ਹੈ ਸਿਰਫ ਕੱਲ੍ਹ ਬਾਰੇ ਸੋਚਦਾ। ਤੁਸੀਂ ਪਸ਼ੂ ਪੰਛੀ ਦੇਖੋ, ਨਾ ਉਹਨਾਂ ਦਾ ਕੋਈ ਬੈਂਕ ਬੈਲੈਂਸ ਆ, ਨਾ ਉਹਨਾਂ ਨੇ ਕੋਈ ਆਪਣਾ ਰਾਸ਼ਨ ਪਾਣੀ ਇਕੱਠਾ ਕਰਕੇ ਰੱਖਿਆ। ਰੋਜ਼ ਸਵੇਰੇ ਉੱਠਦੇ ਆ, ਜੋ ਚਾਰਾ ਮਿਲਦਾ, ਜੋ ਭੋਜਨ ਮਿਲਦਾ ਖਾ ਲੈਂਦੇ ਆ, ਸ਼ਾਮੀ ਸੌ ਜਾਂਦੇ ਆ, ਹੈ ਨਾ। ਸੋ ਇਹ ਜਿਹੜੀ ਹੈਗੀ ਹੈ ਚਿੰਤਾ ਨੂੰ ਜਨਮ ਦਿੰਦੀ, ਐਂਗਜ਼ਾਇਟੀ ਨੂੰ ਜਨਮ ਦਿੰਦੀ ਆ। ਹੁਣ 9 ਮਹੀਨੇ ਦਾ ਐਵਰੇਜ ਬੇਬੀ ਹੁੰਦਾ, ਜਿੱਦਾਂ ਗੁਰਬਾਣੀ ਤੋਂ ਮੈਂ ਲਊਂਗਾ ਤੁਕਾਂ ਵੀ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਜਿਹੜਾ ਮਾਂ ਦਾ ਅੰਡਾ ਹੈਗਾ ਔਰ ਬਾਪ ਦਾ ਬੀਜ ਆ, ਉਸ ਤੋਂ ਸਾਡਾ ਕੰਸੈਪਸ਼ਨ ਹੁੰਦਾ, ਸਾਡਾ ਜਨਮ ਹੁੰਦਾ, ਪਹਿਲੀ ਜਿਹੜੀ ਹੈਗੀ ਹੈ ਮਾਈਕਰੋਸਕੋਪਿਕ ਸਾਡੀ ਹੋਂਦ ਬਣਦੀ ਆ। ਜਦੋਂ ਉਹ ਹੋਂਦ ਬਣਦੀ ਆ, ਹੁਣ ਸਾਇੰਸ ਵੀ ਕਹਿ ਰਹੀ ਹੈ ਵੀ ਉਦੋਂ ਤੁਹਾਡਾ 23 ਕ੍ਰੋਮੋਸੋਮ ਮਾਂ ਤੋਂ ਆਏ, 23 ਬਾਪ ਤੋਂ ਆਏ, ਜੈਨੇਟਿਕ ਸਟਰਕਚਰ ਤੁਹਾਡਾ ਹੋ ਗਿਆ। ਔਰ ਉਸੇ ਦਿਨ ਲਿਖਿਆ ਜਾਂਦਾ ਵੀ ਕਿੰਨੀ ਕੁ ਤੁਹਾਡੀ ਉਮਰ ਹੋਣੀ ਆ, ਕਿੰਨੇ ਕੁ ਤੁਹਾਨੂੰ ਰੋਗ ਹੋਣਗੇ, ਕਿੰਨੇ ਕੁ ਤੁਹਾਡੇ ਸਾਹ ਹੈਗੇ, ਔਰ ਕਦੋਂ ਤੁਹਾਡਾ ਅੰਤਕਾਲ ਹੋਊਗਾ। ਔਰ ਗੁਰਬਾਣੀ ਵੀ ਇਹਨੂੰ ਦ੍ਰਿਸ਼ਟਾਂਤ ਦਿੰਦੀ ਆ ਵੀ ਮਰਨ ਲਿਖਾਏ ਮੰਡਲ ਮੇ ਆਏ। ਜਨਮ 9 ਮਹੀਨੇ ਬਾਅਦ ਹੋ ਰਿਹਾ, ਲੇਕਿਨ ਉਹ ਸਾਰਾ ਕੁਛ ਪਹਿਲੋਂ ਹੀ ਤੈਅ ਹੋਇਆ। ਸੋ ਬਿਗਰ ਸਕੇਲ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਗੁਰਬਾਣੀ ਸਾਨੂੰ ਫਿਰ ਇੱਕ ਹੋਰ ਹੌਸਲਾ ਦਿੰਦੀ ਆ ਵੀ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਦਿਆ। ਇਹ ਤਾਂ ਜਿਹੜਾ ਸਰੀਰ ਦਾ ਜਿਹੜਾ ਆਉਣਾ ਜਾਣਾ ਉਹ ਤੇ ਰੂਟੀਨ ਹੈ। ਅਗਰ ਤੁਸੀਂ ਰੇਲਵੇ ਪਲੇਟਫਾਰਮ 'ਚ ਦੇਖੋ, ਹੁਣ ਬੰਬੇ ਦਾ ਜਿਹੜਾ ਪਹਿਲੋਂ ਵਿਕਟੋਰੀਆ ਟਰਮੀਨਸ ਸੀ, ਹੁਣ ਸ਼ਿਵਾਜੀ ਟਰਮੀਨਸ ਉਹਨੂੰ ਕਹਿੰਦੇ ਆ, ਉੱਥੇ 25 ਟ੍ਰੇਨਾਂ ਆਉਂਦੀਆਂ, 25 ਲੋਡਿਡ 'ਚ ਆਉਂਦੀਆਂ, ਹੈ ਨਾ, ਜਿਹਨੂੰ ਆਪਾਂ ਲੋਕਲ ਟ੍ਰੇਨ ਕਹਿੰਦੇ ਹਾਂ। ਔਰ ਬੰਬੇ ਦੀ ਆਬਾਦੀ ਕਰੀਬਨ 28 ਮਿਲੀਅਨ ਹੈ, ਉਹਦੇ ਵਿੱਚੋਂ 13-14 ਮਿਲੀਅਨ ਲੋਕ ਰੋਜ਼ ਲੋਕਲ ਟ੍ਰੇਨਾਂ ਦੇ ਨਾਲ ਚੱਲਦੇ। ਸੋ ਉੱਦਾਂ ਹੀ ਸ੍ਰਿਸ਼ਟੀ 'ਚ ਰੋਜ਼ 3 ਲੱਖ ਬੱਚੇ ਵੀ ਜਨਮ ਹੁੰਦੇ ਆ, ਤਕਰੀਬਨ 1.5 ਲੱਖ ਜਿਹੜੇ ਹੈਗੇ ਇੱਥੋਂ ਲੋਕ ਅਲਵਿਦਾ ਵੀ ਹੁੰਦੇ ਆ। ਸੋ ਨੈੱਟ ਅਜੇ ਵੀ 1.5 ਲੱਖ ਹਰ ਰੋਜ਼ ਧਰਤੀ ਦੇ ਉੱਤੇ ਆਬਾਦੀ ਵੱਧ ਰਹੀ ਆ, ਇਸ ਵੇਲੇ 7.77 ਬਿਲੀਅਨ ਹੈਗੀ ਆ। ਸੋ ਪਹਿਲੀ ਗੱਲ ਤਾਂ ਸਾਨੂੰ ਇੰਨਾ ਡਰ ਦਾ ਮਾਹੌਲ ਕ੍ਰੀਏਟ ਨਹੀਂ ਕਰਨਾ ਚਾਹੀਦਾ, ਕਿਉਂਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਇਹ ਕਿਹੜੀ ਅਨਹੋਣੀ ਗੱਲ ਆ, ਸੰਸਾਰ 'ਚ ਜਨਮ ਵੀ ਹੁੰਦਾ, ਸੰਸਾਰ 'ਚ ਆਪਾਂ ਰਹਿੰਦੇ ਹਾਂ, ਸੰਸਾਰ ਤੋਂ ਆਪਾਂ ਚਲੇ ਵੀ ਜਾਂਦੇ ਹਾਂ। ਹੁਣ ਅਗਰ ਤੁਸੀਂ ਭਾਈ ਸਾਹਿਬ ਭਾਈ ਗੁਰਦਾਸ ਦੀ ਵਾਰਾਂ ਤੁਸੀਂ ਜਾਚੋਗੇ ਤਾਂ ਉੱਥੇ ਉਹਨਾਂ ਨੇ ਹਰ ਇੱਕ ਯੁੱਗ ਦਾ ਅਲੱਗ ਅਲੱਗ ਪੀਰੀਅਡ ਵੀ ਲਿਖਿਆ ਵੀ ਸਤਯੁਗ ਦੇ ਵਿੱਚ 1 ਲੱਖ ਸਾਲ ਦੀ ਉਮਰ ਆ, ਤ੍ਰੇਤੇ ਦੇ ਵਿੱਚ ਹੈਗੀ ਆ 10 ਹਜ਼ਾਰ, ਦੁਆਪਰ 1 ਹਜ਼ਾਰ ਤੇ ਕਲਯੁਗ 100। ਹੁਣ ਐਵਰੇਜ ਅਸੀਂ ਕਹਿ ਰਹੇ ਹਾਂ ਵੀ 100-125 ਸਾਲ ਦੇ ਕਾਫੀ ਲੋਕ ਇਸ ਟਾਈਮ ਤੇ ਜੀ ਰਹੇ ਆ, ਲੇਕਿਨ ਕੁਆਲਿਟੀ ਆਫ ਲਾਈਫ ਜ਼ਿਆਦਾ ਇੰਪੋਰਟੈਂਟ ਆ ਰਾਦਰ ਦੈਨ ਕੁਆਂਟਿਟੀ ਆਫ ਲਾਈਫ। ਵੀ ਤੁਹਾਡੀ ਲਾਈਫ ਦੇ ਵਿੱਚ ਕਿਹੜੀਆਂ ਖੁਸ਼ਬੂਆਂ, ਉਹ ਜ਼ਿਆਦਾ ਇੰਪੋਰਟੈਂਟ ਹੈ ਬਜਾਏ ਕਿ ਲਾਈਫ ਜਿਹੜੀ ਹੈਗੀ ਵੀ ਨਾ ਤੁਸੀਂ ਉੱਠ ਫਿਰ ਸਰ ਰਹੇ ਹੋ, ਤੁਹਾਡੇ ਵਿੱਚ ਬਿਮਾਰੀਆਂ ਹੈਗੀਆਂ। ਸੋ ਕੁਆਲਿਟੀ ਕੁਆਂਟਿਟੀ ਨਾਲੋਂ ਜ਼ਿਆਦਾ ਹੈਗੀ ਆ। ਅਗਰ ਤੁਸੀਂ ਗੁਰੂ ਘਰ ਦੇ ਵਿੱਚ ਦੇਖੋ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ, ਤਾਂ ਹਰ ਉਮਰ ਦੇ ਵਰਗ ਦਾ ਤੁਹਾਨੂੰ ਬਾਬਾ ਅਮਰਦਾਸ ਜੀ, ਗੁਰੂ ਰਾਮਦਾਸ ਜੀ ਸਭ ਤੋਂ ਵਧੇਰੀ ਉਮਰ ਦੇ, ਅਤੇ 8ਵੇਂ ਨਾਨਕ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ 8-9 ਸਾਲ ਦੇ ਆ। ਸੋ ਜਿਹੜਾ ਉਮਰ ਦਾ ਤਕਾਜ਼ਾ ਹੈਗਾ ਉਹ ਪੂਰਾ ਗੁਰ ਪ੍ਰਣਾਲੀ 'ਤੇ ਤੁਹਾਨੂੰ ਮਿਲੂਗਾ। ਔਰ 8 ਸਾਲ ਦੇ ਉਮਰ ਦੇ ਵਿੱਚ ਵੀ ਤੁਸੀਂ ਬ੍ਰਹਮ ਲੀਨ ਹੋ ਸਕਦੇ ਹੋ, ਜ਼ਰੂਰੀ ਨਹੀਂ ਹੈ ਵੀ ਵੱਡੀ ਉਮਰ 'ਚ ਜਾ ਕੇ ਤੁਸੀਂ ਪਰਮਾਤਮਾ ਦੇ ਵਿੱਚ ਤੁਹਾਨੂੰ ਜ਼ਿਆਦਾ ਗਿਆਨ ਹੋਣਾ। ਸੋ ਸਪਿਰਿਚੁਅਲਿਜ਼ਮ ਜਿਹੜਾ ਹੈਗਾ ਕੋਈ ਵੀ ਉਮਰ 'ਚ ਹੋ ਸਕਦਾ। ਦੂਜੀ ਗੱਲ ਹੈਗੀ ਆ, ਜਿਹੜਾ ਇਹ ਡਰ ਹੈਗਾ ਇਹ ਸੈਲਫ ਕ੍ਰੀਏਟਿਡ ਹੈਗਾ ਫਿਨੋਮਨਾ। ਇੱਕ ਹੁੰਦੀ ਹੈ ਮਨ ਸਥਿਤੀ, ਇੱਕ ਹੁੰਦੀ ਪਰਸਥਿਤੀ। ਜਿਹੜੀ ਪਰਸਥਿਤੀ ਹੁੰਦੀ ਆ ਬਾਹਰਲੀ ਸਥਿਤੀ ਹੁੰਦੀ ਆ। ਹੁਣ ਸਮਝੋ ਕੱਲ ਇੱਥੇ ਅਗਰ ਅਰਥਕੁਏਕ ਆ ਜਾਏ ਵੈਨਕੂਵਰ 'ਚ, ਕੀ ਕਰ ਸਕਦੇ ਆਪਾਂ, ਸਾਨੂੰ ਝੇਲਣਾ ਪਏਗਾ। ਅਗਰ ਇੱਥੇ ਕੋਈ ਵੋਲਕੇਨੋ ਮੇਰੇ ਲਾਗੇ ਮਾਊਂਟ ਬੇਕਰ ਮੇਰੇ ਘਰੋਂ ਨਜ਼ਰ ਆਉਂਦਾ, ਔਰ ਉਹ ਕਹਿੰਦੇ ਆ ਵੀ ਉੱਥੋਂ ਲਾਵਾ ਫੁੱਟਣਾ ਕਦੀ ਨਾ ਕਦੀ, ਅਗਰ ਉੱਥੋਂ ਕੱਲ੍ਹ ਫੁੱਟਣ ਲੱਗ ਪਏ ਕੀ ਕਰ ਲਓਗੇ, ਉਹ ਹੁੰਦੀ ਹੈ ਪਰਿਸਥਿਤੀ। ਉਹ ਸਾਡੇ ਕਦੀ ਵੀ ਅਨੁਕੂਲ ਨਹੀਂ ਹੋਏਗੀ, ਅਸੀਂ ਉਹਨੂੰ ਕੰਟਰੋਲ ਕਰ ਨਹੀਂ ਸਕਦੇ ਕਿਉਂਕਿ ਕੁਦਰਤ ਆ ਗਿਆ। ਇੱਕ ਹੁੰਦੀ ਹੈ ਮਨ ਸਥਿਤੀ,
ਇੱਕ ਤੁਹਾਡੀ ਮਨ ਦੀ ਸਥਿਤੀ ਹੁੰਦੀ ਹੈ ਜਿਹੜੀ ਤੁਸੀਂ ਆਪ ਕੰਟਰੋਲ ਕਰ ਸਕਦੇ ਹੋ, ਔਰ ਹਰ ਇੱਕ ਨੂੰ ਆਪ ਹੀ ਕੰਟਰੋਲ ਕਰਨੀ ਪੈਂਦੀ ਆ। ਈਵਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਟਾਈਮ ਦੇਖੀਏ ਤਾਂ ਪਰਿਸਥਿਤੀ ਕੋਈ ਵਧੀਆ ਤਾਂ ਨਹੀਂ ਸੀ। ਬਾਣੀ ਕਹਿੰਦੀ ਕੋਈ ਕਹੇ ਭੂਤਨਾ, ਕੋਈ ਬੇਤਾਲਾ, ਕੋਈ ਕਹੇ ਆਦਮੀ ਦੀਵਾਨਾ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਆਪਣੇ ਮਨ ਨੂੰ ਮਜ਼ਬੂਤ ਕਰਨ ਦਾ ਸਮੇਂ ਹੈਗਾ, ਔਰ ਆਪਣੇ ਆਪ ਦੇ ਨਾਲ ਕਨੈਕਟ ਕਰਨ ਦਾ ਸਮੇਂ ਹੈਗਾ। ਔਰ ਮੈਂ ਬਾਰ ਬਾਰ ਇਹੀ ਕਹਿੰਦਾ ਵੀ ਔਖਾ ਟਾਈਮ ਲੰਘ ਜੂਗਾ, ਜ਼ਰੂਰ ਲੰਘੂਗਾ। ਕੁਛ ਇੱਕ ਅੰਕੜੇ ਜਿਹੜੇ ਅੱਜ ਰਿਲੀਜ਼ ਕੀਤੇ ਮਾਨਯੋਗ ਡਾਕਟਰ ਥਰੀਸਾ ਟੈਮ ਨੇ, ਉਹ ਥੋੜ੍ਹੇ ਜਿਹੇ ਫੇਰ ਸਾਨੂੰ ਦੱਸ ਰਹੇ ਆ ਵੀ ਲੰਬੇ ਅਰਸੇ ਤੱਕ ਇਹ ਇਸ਼ੂ ਰਹਿ ਸਕਦਾ, ਅਗਰ ਆਪਾਂ ਇਹ ਵੀ ਜਿਹੜੀ ਲੋਕਡਾਊਨ ਕਰਦੇ ਰਹੀਏ ਉਹਦੇ ਬਾਵਜੂਦ ਵੀ ਇੰਨਾ, ਮਤਲਬ 11,000 ਤੋਂ 22,000 ਦਾ ਫੇਰ ਵੀ ਸਾਨੂੰ ਨੁਕਸਾਨ ਹੋ ਸਕਦਾ ਜਾਨ ਦਾ, ਹੈ ਨਾ। ਇਹ ਸਾਰੇ ਮਾਡਲਸ ਹੁੰਦੇ ਆ, ਇਹ ਕੋਈ ਅਲਾਦੀਨ ਦਾ ਚਿਰਾਗ ਨਹੀਂ ਹੁੰਦਾ ਜਾਂ ਕ੍ਰਿਸਟਲ ਬਾਲ ਨਹੀਂ ਹੁੰਦਾ ਵੀ ਬਿਲਕੁਲ ਸਹੀ ਹੋਏਗਾ, ਔਰ ਨਾ ਹੀ ਇਹ ਪੱਥਰ 'ਚ ਲਿਖੇ ਹੋਏ ਆ ਜਿੱਦਾਂ ਮੋਸੇਸ ਨੇ 10 ਕਮਾਂਡਮੈਂਟਸ ਲਿਖੇ ਸੀ। ਸੋ ਇਹ ਇੱਕ ਅੱਡੇ ਸੱਟੇ ਦਾ ਹੁੰਦਾ। ਮੈਨੂੰ ਲੱਗਦਾ ਵੀ ਹਰ ਇੱਕ ਕੰਟਰੀ ਦੇ ਨੰਬਰ ਜਿਹੜੇ ਹੈਗੇ ਆ ਉਹ ਘੱਟ ਹੋਣਗੇ, ਕਿਉਂਕਿ ਆਲਰੇਡੀ ਲੋਕ ਜਿਹੜੇ ਹੈਗੇ ਸੁਚੇਤ ਹੋ ਰਹੇ ਆ, ਆਲਰੇਡੀ ਉਹਨਾਂ ਨੂੰ ਗਿਆਨ ਹੋ ਰਿਹਾ, ਆਪਣੀ ਡਿਫੈਂਸ ਵਿੱਚ ਘਰ 'ਚ ਹੈਗੇ ਆ, ਹੱਥ ਧੋ ਰਹੇ ਆ, ਫਿਜ਼ੀਕਲ ਡਿਸਟੈਂਸ ਰੱਖ ਰਹੇ ਆ, ਮਾਸਕ ਲਗਾ ਰਿਹਾ ਇਤਿਆਦਿ। ਹੁਣ ਦੇਖੋ ਜਿਹੜਾ ਮਨ ਹੈਗਾ ਨਾ, ਇਹ ਲਿਕੁਇਡ ਦੀ ਨਿਆਈ ਹੁੰਦਾ, ਇਹ ਖਿਲਰਦਾ ਜਾਂਦਾ। ਸੋ ਜਿੱਦਾਂ ਇੱਕ ਲਿਕੁਇਡ ਨੂੰ ਬੰਨਣ ਵਾਸਤੇ ਕੋਈ ਘੜਾ ਹੁੰਦਾ, ਕੋਈ ਕੁੰਭ ਹੁੰਦਾ, ਕੋਈ ਗਲਾਸ ਹੁੰਦਾ, ਕੌਲੀ ਹੁੰਦੀ ਆ। ਸੋ ਆਸਕੀ ਵਾਰ 'ਚ ਮਹਾਰਾਜ ਕਹਿੰਦੇ ਵੀ ਕੁੰਭੇ ਬੱਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਜਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਸੋ ਗੁਰੂ ਤੋਂ ਗਿਆਨ ਮਿਲਦਾ, ਸ਼ਬਦ ਗੁਰੂ ਮੇਰਾ ਗੁਰੂ ਆ, ਉਹ ਮੈਨੂੰ ਗਿਆਨ ਦਿੰਦਾ। ਕੀ ਗਿਆਨ ਦਿੰਦਾ? ਵੀ ਡੇਲੀ ਲਾਈਫ 'ਚ ਤੂੰ ਇਹਨੂੰ ਅਪਲਾਈ ਕਰ। ਕੀ ਅਪਲਾਈ ਕਰ? ਸੁਣਿਆ, ਪਹਿਲਾਂ ਗੁਰਬਾਣੀ ਸੁਣਨੀ, ਮੰਨਿਆ। ਉਹਦੇ ਉੱਤੇ ਕਿਰਤ ਪ੍ਰਯੋਗ ਤੂੰ ਨਹੀਂ ਕਰਨਾ ਸਾਇੰਟਿਫਿਕ ਬੇਸਿਸ, ਉਹਨੂੰ ਮੰਨਣਾ। ਸੁਣਿਆ, ਮੰਨਿਆ, ਫਿਰ ਕੀ ਕਰਨਾ? ਮਨ ਕੀਤਾ ਭਾਓ, ਅੰਦਰ ਪ੍ਰੇਮ ਉਤਪੰਨ ਕਰੋ। ਜਦੋਂ ਤੁਸੀਂ ਪ੍ਰੇਮ ਉਤਪੰਨ ਕਰ ਲੋਗੇ, ਅੰਦਰ ਖੁਸ਼ਬੂ ਹੀ ਖੁਸ਼ਬੂ, ਚਿੰਤਾ ਖਤਮ ਹੋ ਗਈ, ਦੁਆਸ਼ ਖਤਮ ਹੋ ਗਿਆ, ਕਲੇਸ਼ ਖਤਮ ਹੋ ਗਿਆ। ਕਿਉਂਕਿ ਜਿਹੜਾ ਨਾ, ਜਾਂ ਤਾਂ ਨਾਮ ਨੇ ਬੈਠਣਾ ਜਾਂ ਤੁਹਾਡੇ ਮਨ ਨੇ ਬੈਠਣਾ, ਇੱਕ ਚੀਜ਼ ਨੇ ਬੈਠਣਾ ਅੰਦਰ, ਦੋ ਚੀਜ਼ਾਂ ਨੇ ਨਹੀਂ ਬੈਠਣਾ। ਬਿਕ ਅੰਮ੍ਰਿਤ ਵਸੇ ਇੱਕ ਸੰਗਾ, ਜਿਹੜਾ ਅੰਮ੍ਰਿਤ ਔਰ ਵਿਸ਼ ਹੈ ਨਾ, ਉਹਦੇ ਵਿੱਚ ਬਿਲਕੁਲ ਮਾਮੂਲੀ ਜਿਹੀ ਸਪੇਸ ਹੈਗੀ ਹੈ ਗੁਰਬਾਣੀ ਕਹਿੰਦੀ। ਸੋ ਇਸ ਲਈ ਕੋਸ਼ਿਸ਼ ਕਰੋ ਵੀ ਨਾਮ ਨੂੰ ਬਿਠਾਉਣ ਦੀ ਕੋਸ਼ਿਸ਼ ਕਰੋ, ਤਾਂ ਕਿ ਅੰਦਰ ਜਿਹੜਾ ਤੁਹਾਡਾ ਮਨ ਭਟਕੀ ਜਾ ਰਿਹਾ ਉਹ ਸ਼ਾਂਤ ਹੋਵੇ। ਜਿੱਦਾਂ ਸਮਝੋ ਤੁਸੀਂ ਜੰਗਲ 'ਚ ਚਲੇ ਜਾਓ, ਉੱਥੇ ਅਰਬੀ ਘੋੜੇ ਆ ਜਿਹੜੇ ਜੰਗਲ 'ਚ ਪੈਦਾ ਹੋਏ ਔਰ ਕਦੀ ਬਾਹਰ ਉਹ ਸਿਟੀ 'ਚ ਨਹੀਂ ਆਏ ਔਰ ਦੌੜੀ ਜਾ ਰਹੇ ਆ। ਪਹਿਲੀ ਗੱਲ ਤਾਂ ਉਹਨਾਂ ਨੂੰ ਫੜਨਾ ਬੜਾ ਮੁਸ਼ਕਿਲ ਆ, ਬਟ ਕੁਛ ਲੱਕ ਕਰਕੇ ਤੁਸੀਂ ਇੱਕ ਘੋੜਾ ਫੜ ਲਿਆ, ਉਸੇ ਟਾਈਮ ਤੁਸੀਂ ਉਹ ਘੋੜੇ ਦੀ ਸਵਾਰੀ ਨਹੀਂ ਕਰ ਸਕਦੇ, ਕਿਉਂਕਿ ਘੋੜਾ ਆਦਿ ਨਹੀਂ ਹੈਗਾ ਵੀ ਬੰਦਾ ਉਹਦੇ ਉੱਤੇ ਬੈਠੇ, ਉਹ ਤਾਂ ਆਪਣੀ ਮੌਜ ਦੇ ਵਿੱਚ ਘੁੰਮਦੇ ਸੀ। ਸੋ ਪਹਿਲੀ ਗੱਲ ਹੁੰਦੀ ਆ ਵੀ ਮਨ ਨੂੰ ਫੜਨਾ, ਦੂਜੀ ਗੱਲ ਹੁੰਦੀ ਆ ਜਿੱਦਾਂ ਘੋੜੇ ਨੂੰ ਟੇਮਿੰਗ, ਮਤਲਬ ਉਹਨੂੰ ਟੇਮ ਕਰਨਾ ਪੈਂਦਾ ਵੀ ਹੌਲੀ 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 ਉਹਨੂੰ ਗਿਆਨ ਦੇਣਾ ਪੈਂਦਾ ਵੀ ਆਹ ਤੇਰੇ ਕੰਮ ਆ, ਆਹ ਆਪਾਂ ਤੇਰੇ ਨਾਲ ਕਰਨਾ, ਫਿਰ ਉਹਨੂੰ ਟ੍ਰੇਨਿੰਗ ਦੇਣੀ ਪੈਂਦੀ ਆ, ਪਹਿਲਾਂ ਟੇਮਿੰਗ ਫਿਰ ਟ੍ਰੇਨਿੰਗ, ਫਿਰ ਉਹੀ ਘੋੜਾ ਤੁਹਾਨੂੰ ਓਲੰਪਿਕ ਮੈਡਲਸ ਜਿਹੜਾ ਹੈਗਾ ਜਿੱਤ ਕੇ ਦੇ ਸਕਦਾ। ਇਹੀ ਗੱਲ ਹੈਗੀ ਆ ਵੀ ਜਿਹੜਾ ਨਾਮ ਦੀ ਕਿੱਲੀ ਆ ਨਾ, ਉਹਦੇ ਨਾਲ ਰੱਸਾ ਬੰਨ ਕੇ ਤੇ ਮਨ ਜਿਹੜਾ ਹੈਗਾ ਨਾ, ਮੁਰਗੇ ਵਾਂਗਰ ਦੌੜੀ ਜਾਂਦਾ, ਉਹਦੇ ਪੈਰ ਨੂੰ ਰੱਸਾ ਪਾ ਦਿਓ। ਤੁਸੀਂ ਦੇਖੋ ਜਦੋਂ ਮੁਰਗਾ ਦੌੜੂਗਾ ਨਾ, ਬਹੁਤ ਦੌੜੂਗਾ, ਜਿੱਥੇ ਤੱਕ ਰੱਸੀ ਆ, ਫਿਰ ਉਹਨੇ ਚੱਕਰ ਕੱਟੀ ਜਾਣੇ, ਕੱਟੀ ਜਾਣੇ, ਕੱਟੀ ਜਾਣੇ, ਫਿਰ ਕਿੱਲੀ ਦੇ ਨਾਲ ਆ ਕੇ ਬਹਿ ਜਾਊਗਾ, ਉੱਥੇ ਵਿਸ਼ਰਾਮ ਕਰੂਗਾ। ਇਸ ਲਈ ਜੁੜ ਜਾਓ, ਇਹ ਮੌਕਾ ਹੈਗਾ। ਅਬ ਨਾ ਬਜਸ ਬਜਸ ਕਬ ਭਾਈ, ਆਵੇ ਅੰਤ ਨਾ ਬਜਿਆ ਜਾਏ। ਹੁਣ ਮੇਰੀ ਬੇਟੀ ਕੰਮ ਕਰਦੀ ਆ ICU 'ਚ, ਜਦੋਂ ਤੁਸੀਂ ਇੱਕ ਵਾਰੀ ਰੈਸਪੀਰੇਟਰ 'ਚ ਚਲੇ ਗਏ ਫਿਰ ਦਵਾਈਆਂ ਦਿੰਦੇ ਆ, ਉਹਦੇ ਨਾਲ ਨੀਂਦ ਆਉਂਦੀ ਆ, ਤੁਹਾਨੂੰ ਬੇਹੋਸ਼ ਰੱਖਿਆ ਜਾਂਦਾ, ਉਦੋਂ ਕਿੱਥੇ ਪਰਮੇਸ਼ੁਰ ਦਾ ਨਾਮ ਦਿੱਤਾ ਜਾਣਾ। ਅਬ ਨਾ ਬਜਸ ਬਜਸ ਕਬ ਭਾਈ, ਆਵੇ ਅੰਤ ਨਾ ਬਜਿਆ ਜਾਏ, ਇਹ ਤਾਂ ਗੁਰਬਾਣੀ ਵੀ ਕਹਿ ਰਹੀ ਹੈ। ਸੋ ਹੁਣ ਜੁੜ ਜਾਓ, ਕਿਉਂਕਿ ਤੁਸੀਂ ਉਸ ਪੋਜ਼ਿਟਿਵਿਟੀ ਨਾਲ ਜੁੜੋਗੇ ਤਾਂ ਇਸ ਡਰ ਦੇ ਮਾਹੌਲ ਤੋਂ ਤੁਹਾਨੂੰ ਬਹੁਤ ਸਾਰੀ ਰਾਹਤ ਮਿਲੇਗੀ। 70% ਲੋਕ ਇਸ ਵੇਲੇ ਤ੍ਰਾਸਦੀ 'ਤੇ ਗੁਜ਼ਰ ਰਹੇ ਆ ਵੀ ਹਾਏ ਸਾਨੂੰ ਕਰੋਨਾ ਨਾ ਹੋ ਜਾਏ, ਸਾਡੀ ਜੌਬਾਂ, ਸਾਡਾ ਪਰਿਵਾਰ, ਸਾਡਾ ਫਿਊਚਰ। ਦੇਖੋ ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ ਆਧਾਰ, ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰ ਰਿਜਕ ਆ ਕੇ ਕਰਦਾ ਰਿਹਾ। ਪੱਥਰਾਂ ਦੇ ਵਿੱਚ ਵੀ ਜੀਵ ਜੰਤੂ ਮਹਾਰਾਜ ਪੈਦਾ ਕਰਦਾ, ਉਹਦੀ ਵੀ ਰੋਜ਼ੀ ਰੋਟੀ ਸਾਹਮਣੇ ਹੁੰਦੀ ਹੈ। ਹਵਾ ਦੇਖੋ ਤੁਹਾਨੂੰ ਫ੍ਰੀ ਮਿਲ ਰਹੀ ਹੈ, ਵੈਨਕੂਵਰ ਦੀ ਹਵਾ 0.03% ਪੋਲਿਊਟਿਡ ਆ, ਵਨ ਆਫ ਦਾ ਬੈਸਟ ਏਅਰ ਇਨ ਦਾ ਵਰਲਡ। ਅਗਰ ਹਵਾ 'ਚ ਆਕਸੀਜਨ ਤੁਹਾਨੂੰ ਨਾ ਮਿਲੇ ਤੁਹਾਡਾ ਜੀਵਨ ਰਹਿਣਾ ਖਤਮ ਹੈ। ਉਹਦਾ ਸ਼ੁਕਰ ਕਰੋ ਮਹਾਰਾਜ ਨੂੰ, ਕਿਉਂਕਿ ਮਹਾਰਾਜ ਜਪਜੀ 'ਚ ਕੀ ਕਹਿੰਦੇ ਅਖੀਰ 'ਚ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮਤ। ਇਹ ਤਿੰਨ ਬੇਸਿਕ ਚੀਜ਼ਾਂ ਤੁਹਾਨੂੰ ਬਹੁਤ ਪਿਓਰਿਟੀ 'ਚ ਕੈਨੇਡਾ 'ਚ ਮਹਾਰਾਜ ਨੇ ਦਿੱਤੀਆਂ। ਉਹਦਾ ਸ਼ੁਕਰਵਾਰ ਸ਼ੁਕਰੀਆ ਅਦਾ ਕਰਿਆ ਕਰੀਏ, ਨਮਸਕਾਰ ਕਰਿਆ ਕਰੀਏ, ਝੁੱਕ ਜਾਇਆ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ ਔਰ ਸਾਨੂੰ ਬਹੁਤ ਹੀ ਪ੍ਰੇਰਨਾਦਾਇਕ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਸੋਮਵਾਰ ਤੁਹਾਨੂੰ ਅਸੀਂ ਫਿਰ ਤਕਲੀਫ ਦੇਵਾਂਗੇ। ਬਹੁਤ ਬਹੁਤ ਸ਼ੁਕਰੀਆ ਜੀ।
ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਜੁੜੇ ਰਹੋ, ਗੁਰਮੁਖ ਲਾਹਾ ਲੈ ਗਏ, ਜੁੜ ਜਾਓ ਹੋ ਜਾਓ ਗੁਰਮੁਖ, ਬਾਣੀ ਦੇ ਨਾਲ ਜੁੜ ਲਓ, ਆਪਣੇ ਅੰਦਰ ਦੇ ਨਾਲ ਜੁੜ ਲਓ ਔਰ ਖੁਸ਼ ਰਿਹਾ ਕਰੋ, ਕਿਉਂਕਿ ਖੁਸ਼ ਰਹਿਣਾ ਹੈਪੀਨੈਸ ਇਸ ਯੋਰ ਬਰਥ ਰਾਈਟ, ਇਹ ਤੁਹਾਡਾ ਜਮਾਂਦਰੂ ਹੱਕ ਹੈਗਾ। ਔਰ ਅਗਰ ਤੁਸੀਂ ਕੋਈ ਬੱਚੇ ਨੂੰ ਦੇਖੋ ਹਮੇਸ਼ਾ ਖੁਸ਼ ਰਹੇਗਾ। ਸੋ ਫਿਰ ਆਪਣੇ ਅੰਦਰ ਨਿਰਮਲ ਭਾਵ ਲੈ ਕੇ ਆਓ, ਨਿਰਮਲ ਭਾਵ ਪਾਇਆ ਮੈਂ ਹਰ ਗੁਣ ਗਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।